हेलो एवरीवन हियर इज योर रिकॉर्ड एंड वेलकम बैक टू आवर YouTube चैनल ऑन मनी जॉब सो फ्रेंड्स मैं थोड़े नाल शेयर ਕੀਤਾ ਸੀਗੇ आंगनवाड़ी वर्कर दीयां ਤੇ हेल्पर दीयां ਜਿਹੜੀਆਂ ਨੇ वैकेंसीज ਆਊਟ ਹੋਈਆਂ ਉਹਦੇ ਰਿਲੇਟਡ ਹੀ ਵੀਡੀਓ ਲੈ ਕੇ ਆਈਆਂ ਪਹਿਲਾਂ ਬਿਲਕੁਲ ਸ਼ਾਰਟ ਚ ਦੱਸਿਆ ਸੀ ਹੁਣ ਥੋੜਾ ਜਿਹਾ ਡਿਟੇਲ ਚ ਬਹੁਤ ਜ਼ਿਆਦਾ ਨਹੀਂ ਥੋੜਾ ਜਿਹੀ ਡਿਟੇਲ ਚ ਆਪਾਂ ਜਾਵਾਂਗੇ ਸੋ फ्रेंड्स ਟੋਟਲ ਜਿਹੜੀਆਂ ਨੇ 1016 ਜੜੀਆਂ आंगनवाड़ी ਵਰਕਰ ਮੈਂਡੀਆਂ वैकेंसीज ਆ 1290 ਦੀਆਂ ਮਿੰਨੀ आंगनवाड़ी ਵਰਕਰਸ ਆ ਤੇ आंगनवाड़ी हेल्पर ਜਿਹੜੇ ਨੇ 4569 वैकेंसीज ਆ ਬਹੁਤ ਸਾਰੀਆਂ वैकेंसीज ਨੇ ਸੋ ਇਨਦੇ ਕੁਆਲੀਫਿਕੇਸ਼ਨ ਕ੍ਰਾਈਟੇਰੀਆ ਵੀ ਬਹੁਤ ਲੋ ਹੁੰਦਾ ਹੈ ਸੋ इजीली ਤੁਸੀਂ ਜਿਹੜਾ ਇਹਦੇ ਵਾਸਤੇ ਅਪਲਾਈ ਕਰ ਸਕਦੇ ਹੋ ਲਾਸਟ ਡੇਟ 9 ਦਿਨ ਮਤਲਬ 9 ਮਾਰਚ ਹੋਣ ਵਾਲੀ ਹੈ ਇਹਨਾਂ ਦੀ ਵੈਬਸਾਈਟ ਵੀ ਤੁਹਾਨੂੰ ਅਵੇਲੇਬਲ ਹੈ ਬਟ ਵੈਬਸਾਈਟ ਦਾ ਕੰਮ ਇਹਦੇ ਵਿੱਚ ਕੁਝ ਨਹੀਂ ਕਿਉਂਕਿ ਫਾਰਮ ਜਿਹੜੇ ਨੇ ਆਫਲਾਈਨ ਨੇ ਸੋ ਫਰੈਂਡ ਦੱਸਦੇ ਨੇ ਕਿ ਇਹਦੇ ਵਾਸਤੇ ਜਿਹੜੇ ਮੀਨ ਹੈ ਨਾ ਅੰਗਣਵਾੜੀ ਵਰਕਰ ਉਹਦੇ ਵਾਸਤੇ ਘੱਟੋ ਘੱਟ ਪਾਸ 2 ਪਾਸ ਹੋਣੀ ਚਾਹੀਦੀ ਹੈ ਦੇ ਦਸਵੀਂ ਵੀ ਤੁਸੀਂ ਪੰਜਾਬੀ ਸਬਜੈਕਟ ਪਾਸ ਕੀਤਾ ਹੋਣਾ ਚਾਹੀਦਾ। ਬਸ ਉਹ ਵਾਲੇ ਕੈਂਡੀਡੇਟਸ ਅਪਲਾਈ ਕਰ ਸਕਦੇ ਆ। ਐਂਗਲਵੜੀ ਹੈਲਪਰ ਜਿਹੜੀ ਆ ਉਹਦੇ ਵਾਸਤੇ ਦਸਵੀਂ ਪਾਸ ਹੋਣੀ ਚਾਹੀਦੀ ਆ। ਸੋ ਇਹ ਵਾਲੇ ਕੈਂਡੀਡੇਟਸ ਅਪਲਾਈ ਕਰ ਸਕਦੇ ਨੇ। 나ਜ 10 ਨੇ ਉਮਰ ਦੀ ਗੱਲ ਕਰੀਏ ਤਾਂ 18 ਤੋਂ 35 ਸਾਲ ਦੀ ਉਮਰ ਹੈਗੀ ਆ। ਪਰ ਜਿਹੜੇ ਪਿਛੜੀਆਂ ਜਾਤੀਆਂ ਨੇ ਮਤਲਬ ਜਿਹੜੀਆਂ ਰਿਜ਼ਰਵ categories ਉਹਦੇ ਵਾਸਤੇ 40 years ਤੱਕ ਵੀ ਹੈਗੀ ਆ ਤੇ ਬਾਕੀ ਜਿਹੜੇ ਆ ਮਤਲਬ ਕਈ ਕੁਆਲਿਫਿਕੇਸ਼ਨ ਜਿਹੜੀ ਹੈਂਡੀਕੈਪ ਨੇ ਉਹਨਾਂ ਵਾਸਤੇ 45 ਵੀ ਹੈਗੀ ਆ। ਰਿਆਸ਼ਤੀ ਗੱਲ ਕਰੋ ਤੇ ਕੋਈ ਮਤਲਬ ਕੀ ਜੜੀਆਂ ਅਰਜ਼ੀਆਂ ਮੰਗਣ ਜਾਣ ਸਮੇ ਜਿਹੜੀ ਆ ਬਿਨੇਕਾਰ ਦੀ ਰਿਹਾਈ ਸ਼ੀਟ ਦੇ ਅਨੁਸਾਰ ਹੋਣੀ ਚਾਹੀਦੀ ਹੈ ਪਿੰਡੂ ਖੇਤਰ ਦੇ ਵਾਸਤੇ ਸਬੰਧਿਤ ಗ್ರಾಮ ਪੰਚਾਇਤ ਜਾਂ ಗ್ರಾಮ ਸਭਾ ਦੇ ਖੇਤਰ ਦੀ ਵਸਨੀਕ ਹੋਣਾ ਚਾਹੀਦਾ ਹੈ ਮਤਲਬ ਤੁਸੀਂ ਜਿਹੜੇ ਫਾਰਮ ਭਰਨੇ ਨੇ ਨਾ ਆਫਲਾਈਨ ਉਹ ਤੁਸੀਂ ਆਪਣੇ ਬਲਾਕ ਦੇ ਆਪਣੇ ਜ਼ਿਲ੍ਹਾ ਪੱਤਰ ਦੇ ਉੱਪਰ ਹੀ ਇੱਕ ਸੀਡੀਪੀਓ ਦੀ ਪੋਸਟ ਹੁੰਦੀ ਹੈ ਬਹੁਤ ਕਾਮਨ ਪੋਸਟ ਹੈ ਤੁਸੀਂ ਪੁੱਛੋਗੇ ਕਿ ਤੁਹਾਨੂੰ ਪਤਾ ਲੱਗ ਜਾ ਬਿਕਾਰ ਬਾਲ ਵਿਕਾਸ ਅਫਸਰ ਹੁੰਦਾ ਹੈ ਉਨ ਤੇ ਤੁਸੀ ਅਪਲਾਈ ਕਰਨੀ ਹੈ ਆਫਲਾਈਨ ਫਾਰਮ ਆਪਣਾ ਭਰ ਕੇ ਦੇਣਾ ਹੈ ਸੋ ਤੁਸੀਂ ਉਹਦੇ ਦੇ ਵਸਨੀਕ ਹੋਣੇ ਚਾਹੀਦੇ ਪੱਲੀ ਕਾਲਿਆ 10ਵੀਂ ਪਾਸ ਹੋਣੀ ਚਾਹੀਦੀ ਹੈ ਹੈਲਪਰ ਲਈ ਮੇਨ ਵਾਸਤੇ ਪਲਸ 2 ਪਾਸ ਹੋਣੀ ਚਾਹੀਦੀ ਹੈ ਸਾਰੇ ਪ੍ਰਕਾਰਾਂ ਦੇ ਸ਼ਹਿਰਾਂ ਦੇ ਵਿੱਚ ਜਿਹੜੇ ਵਾ ਸੰਬੰਧਿਤ ਵਾਰਡ ਜਿਹੜਾ ਉਹਦਾ ਜਿਹੜੇ ਵਿੱਚ ਤੁਸੀਂ ਅਪਲਾਈ ਕਰੋਗੇ ਜਿਹੜੀ ਵਾਰਡ ਵਾਸਤੇ ਤੁਸੀਂ ਉਹਦੇ ਵਸਨੀਕ ਹੋਣੇ ਚਾਹੀਦੇ ਸੋ ਇਟਸ ਕੁਆਇਟ ਕਿ ਉਹ ਹੀ ਕੈਂਡੀਡੇਟ ਅਪਲਾਈ ਕਰ ਸਕਦੇ ਜੇ ਤੁਸੀਂ ਆਪਣੇ ਏਰੀਆ ਵਾਸਤੇ ਅਪਲਾਈ ਕਰ ਸਕਦੇ ਹੋ ਨਾਲ ਦੇ ਨਾਲ ਦੱਸਣੀ ਕਿ ਅੰਗਨਵਾੜੀ ਵਰਕਰ ਤੇ ਹੈਲਪਰ ਦੀਆਂ ਸਾਮੀਆਂ ਜਿਹੜੀਆਂ ਨੇ ਉਹ ਰਾਖਵਾ ਕਰਨ ਦੀ ਵਿਧੀ ਵੀ ਹੈ ਕਿ ਪੋਸ਼ਣ ਦੇ ਵਿੱਚ ਰਿਜ਼ਰਵ ਕੈਟਾਗਰੀਜ਼ ਵੀ ਹੈਗੀਆਂ ਨੇ ਸੋ ਉਹਦੇ ਵਾਸਤੇ ਤੁਸੀਂ ਮੈਨੂੰ ਪੁੱਛਣਾ ਹੋਗਾ ਤਾਂ ਮੈਨੂੰ ਕਮੈਂਟ ਬਾਕਸ ਵਿੱਚ ਪੁੱਛ ਲਿਆ ਪਾਸੇ ਫੇ ਮੇਨ ਮੇਨ ਜਿਹੜੀਆਂ ਉਹਦੇ ਵਾਸਤੇ ਤੁਹਾਨੂੰ ਮੈਂ ਦੱਸ ਦਿੰਨੀ ਆ ਫਿਜ਼ੀਕਲੀ ਦੇ ਮੈਂਟਲੀ ਫਿਟ ਹੋਣਾ ਚਾਹੀਦਾ ਤੁਹਾਨੂੰ ਥੋੜੀਆਂ ਬਾਰੇ ਸਰਵਿਸਿਸ ਪਤਾ ਹੋਣੀਆਂ ਚਾਹੀਦੀਆਂ ਨੇ ਕਿ ਕੀ ਕੀ ਸਾਡੀ ਪੰਚਾਇਤ ਦੇ ਵਿੱਚ ਚੱਲਦਾ ਹੈ ਇਹ ਚੋਣ ਪ੍ਰਕਿਰਿਆ ਜਿਹੜੀ ਆ ਬਿਨੇ ਪੱਤਰ ਲੈਣ ਦੇ ਵਿਧੇ ਜਿਹੜੀ ਆ ਆਫਲਾਈਨ ਹੋਏਗੀ ਉਹਦੀ ਆਖਰੀ ਮਿਤੀ ਤੁਹਾਨੂੰ ਦੱਸਿਆ ਹੈਗੀ ਉਹ ਮਤਲਬ ਮਾਰਚ ਤੱਕ ਨਾ ਮਾਰਚ ਤੱਕ ਹੋਊਗਾ ਸ਼ਾਮ 5 ਵਜੇ ਤੱਕ ਹੋਊਗਾ ਮੈਟ੍ਰਿਕ ਦੇ ਬੇਸਿਸ ਦੇ ਉੱਪਰ ਹੀ ਇਹਦੀ ਜਿਹੜੀ ਆ ਉਹ ਚੋਣ ਦੀ ਵਿਧੀ ਹੋਏਗੀ ਸੋ ਉਹਨਾਂ ਦੇ ਵਾਸਤੇ ਹੈ ਜਿਦਾ ਦੱਸਿਆ ਤੁਹਾਨੂੰ ਮੈਂ ਕਿ ਜਿਹੜੇ ਮਿੰਨੀ ਆਂਗਣਵਾੜੀ ਕਰਨ ਜਾਂ ਆਂਗਣਵਾੜੀ ਵਰਕਰ ਜਿਹਨੂੰ ਕਹਿੰਦੇ ਆ ਉਹਨਾਂ ਦੇ ਵਾਸਤੇ ਜਿੱਦਾਂ ਆ ਨੰਬਰ ਦੱਸਿਆ ਕਿ ਜੇ ਤੁਸੀਂ ਪਲੱਸ 2 ਪਾਸ ਹੋ ਤੇ ਤੁਹਾਨੂੰ ਮਤਲਬ ਕੋ ਲੰਕ ਤੁਹਾਡੇ ਹੋ ਜਣੇ 70 ਜੀ ਗ੍ਰੈਜੂਏਸ਼ਨ ਕੀਤੀ ਹੈ ਤੇ 10 ਉਹਦੇ ਪਾਸ ਹੋ ਜਣੇ ਬੀ ਐਡ ਕੀਤੀ ਹੈ ਤੇ 10 ਉਹਦੇ ਪਾਸ ਹੋ ਜਣੇ ਸੋ ਇਸ ਹਿਸਾਬ ਦੇ ਨਾਲ ਪੋਸਟ ਗ੍ਰੈਜੂਏਸ਼ਨ ਕੀਤੀ ਤੇ 5 ਫੋਰ ਐਡ ਹੋ ਜਾਣਗੇ ਤੇ ਨਾਲ ਦੇ ਨਾਲ ਜੇਕਰ ਤੁਸੀਂ ਵਿਦਵਾ ਜਾਂ ਤਲਾਕशुदा ਹੈਗੇ ਤੇ 5 ਉਹਦੇ ਟੋਟਲ 10 ਆ 100 ਨੰਬਰ ਹੋਗੇ 100 ਨੰਬਰ ਦੇ ਬੇਸਿਸ ਦੇ ਉੱਪਰ ਹੀ ਤੁਹਾਡਾ ਜਿਹੜਾ ਉਹ ਪਾਸ ਹੋਊਗਾ ਤਾੜੇ ਨੰਬਰ ਆਣਗੇ ਜੇਕਰ ਕਿਸੇ ਬਿਨੇ ਕਰਦੇ 68% ਨੰਬਰ ਹੈਗੇ ਆ ਤੇ ਫਿਰ ਆਪਾਂ ਉਹਨੂੰ 47 ਨੰਬਰ ਮਿਲ ਜਾਣਗੇ ਸੋ ਉਸ ਬੇਸਿਸ ਦੇ ਉੱਪਰ ਕਿੰਨੀ ਤੁਹਾਡੀ ਪਰਸੈਂਟੇਜ ਹੈ ਪਲੱਸ 2 ਦੇ ਵਿੱਚ ਗ੍ਰੈਜੂਏਸ਼ਨ ਵਿੱਚ ਉਸ ਸਾਹਬ ਦੇ ਨਾਲ ਮੇਨ ਪਲੱਸ 2 ਹੀ ਕਾਊਂਟ ਕੀਤੀ ਜਾਣੀ ਆ ਬਾਕੀ ਇਹ ਪੰਜ-ਪੰਜ ਨੰਬਰ ਉਹਨਾਂ ਵਾਸਤੇ ਰਿਜ਼ਰਵ ਕੈਟਾਗਰੀਜ਼ ਕਹਿ ਸਕਦੇ ਆ ਅੰਗਨਵੜੀ ਹੈਲਪਰ ਦਾ ਵੀ ਸੇਮ ਆ ਜੋ ਇਦਾਂ 100 ਨੰਬਰ ਦੇ ਵਿੱਚੋਂ ਹੀ ਉਹ ਤੁਹਾਨੂੰ ਇਸੇ ਸਾਹਬ ਦੇ ਨਾਲ ਬੇਸਿਸ ਬਣਨੀ ਆ ਮੈਰਿਟ ਬਣਨੀ ਆ ਤੇ ਉਸੇ ਬੇਸਿਸ ਦੇ ਉੱਪਰ ਹੀ ਤੁਹਾਨੂੰ ਚੁਣੇ ਚੁਣਿਆ ਜਾਵੇਗਾ ਤੇ ਬਾਕੀ ਇਹਦੇ ਵਿੱਚ ਮੈਡੀਕਲ ਫਿਟਨੈਸ ਵੀ ਚਾਹੀਦੀ ਮਤਲਬ ਮੈਡੀਕਲ ਹੁੰਦਾ ਹੈ ਉਹ ਬਾਅਦ ਚੁ ਦੀਆਂ ਗੱਲਾਂ ਨੇ ਸਭ ਤੋਂ ਪਹਿਲਾਂ ਤੁਸੀਂ ਫਾਰਮ ਜਿਹੜਾ ਵਾ ਉਹ ਦੇ ਕੇ ਆਉਣਾ ਵਾ ਆਪਣੇ ਜ਼ਿਲ੍ਹਾ ਜਿਹੜਾ ਵੀ ਤੁਹਾਡਾ ਹੈਗਾ ਵਾ ਅ ਜਿਹੜੇ ਵੀ ਤੁਸੀਂ ਬੋਰਡ ਦੇ ਵੀ ਜਿਹੜੇ ਵੀ ਤੁਸੀਂ ਬਲਾਕ ਪੱਧਰ ਤੇ ਕੰਮ ਕਰਨ ਦੇ ਚ ਰਹੇ ਹੋ ਉਹਨਾਂ ਦੇ ਅਸੋਸੀਏਟਿਡ ਸੀਡੀਪੀਓ ਨੂੰ ਦੇਖੀ ਆਓਗੇ ਸੋ ਇਹਦੇ ਹਿਸਾਬ ਦੇ ਨਾਲ ਐ ਜਿਹੜਾ ਚੁੱਕੇ ਜਾਊਗਾ ਆ ਹੈਗਾ ਕੁਝ ਫਾਰਮਸ ਨੇ ਕਿ ਬਿਨੇ ਪਿਤਾ ਤੁਸੀਂ ਹਿਸਾਬ ਦੇ ਨਾਲ ਅਪਲਾਈ ਕਰਨਾ ਵਾ ਜਿੱਥੇ ਤੁਹਾਨੂੰ ਚਾਹੀਦਾ ਹੈ ਤੁਹਾਨੂੰ ਇੱਕ ਸਾਈਟ ਜਿਹੜੀ ਉੱਪਰ ਸ਼ੇਅਰ ਕੀਤੀ ਉਹਦੇ ਤੇ ਵੀ ਮਿਲ ਜਾਏਗਾ ਜਾਂ ਫਿਰ ਤੁਸੀਂ ਮੈਨੂੰ ਪੁੱਛ ਸਕਦੇ ਹੋ ਮੈਂ ਲਿੰਕ ਦੇ ਦਾਂਗੀ ਇਹਨਾਂ ਦਾ ਤੁਹਾਡੇ ਨਾਲ ਸੋ ਐਸੇਗਾ ਅੱਜ ਦੀ ਵੈਕੈਂਸੀਸ ਦਾ ਥੋੜਾ ਮੈਂ ਡਿਟੇਲ ਚ ਦੱਸਣਾ ਚਾਹਿਆ ਇਸ ਵੀਰੇ ਸਿੱਧਾ ਸਹਿ ਕਿ ਮੇਨ ਕੀਨੇ ਕਿਨੇ ਵੈਕੈਂਸੀਸ ਆਊਟ ਹੋਈਆਂ ਨੇ ਹੋਂ ਦੱਸਣ ਦੀ ਕਿ ਉਹਦੇ ਵਿੱਚ ਤੁਸੀਂ ਕਿਦਾਂ ਅਪਲਾਈ ਕਰਨਾ ਹੈ ਕਿਹੜੇ ਕਿਹੜੇ ਕੈਂਡੀਡੇਟਸ ਅਪਲਾਈ ਕਰ ਸਕਦੇ ਆ ਸੇਫਟ ਮੈਂ ਵਹੀ ਰੋਲ ਆਊਟ ਕਰਕੇ ਤੁਹਾਨੂੰ ਦੱਸ ਦਿੱਤਾ ਤੁਸੀਂ ਪਾਜ਼ ਕਰਕੇ ਵੀਡੀਓ ਵੇਖ ਸਕਦੇ ਹੋ ਸੋ ਦਿਸ ਵਾਸ 올 अबाउट टुडेस ਵੀਡੀਓ ਹੋਪ ਯੂ ਲਾਈਕ ਦਿਸ ਵੀਡੀਓ ਕੁਛ ਨਹੀਂ ਪਤਾ ਲੱਗ ਰਿਹਾ ਤੇ ਆਸਮੇਂ ਤੱਕ ਕਮੈਂਟ ਪਾਸ ਕਰਕੇ ਕਿਉਂਕਿ ਬਹੁਤ ਲੰਬਾ ਨਹੀਂ ਖਿੱਚਦੇ ਹੁੰਦੇ ਵੈਕੈਂਸੀਸ ਨੂੰ ਮਤਲਬ ਕੋਈ ਵੀ ਵੀਡੀਓ ਆਉਂਦੀ ਉਹਨਾਂ ਨੂੰ ਬਹੁਤ ਲੰਬਾ ਨਹੀਂ ਖਿੱਚਦੇ ਸ਼ਾਰਟ ਤੇ ਤੁਹਾਡੇ ਨਾਲ ਇਨਫੋਰਮੇਸ਼ਨ ਪਹੁੰਚਾਉਣੇ ਆ ਸੋ ਦਿਸ ਵਾਸ 올 अबाउट टुडेस ਵੀਡੀਓ ਹੋਪ ਯੂ ਲਾਈਕ ਦਿਸ ਵੀਡੀਓ ਸਟੇ ਟੂਨ ਵਿਦ ਯੂ ਆ ਰਿਤਕਾ ਫਾਰ ਮੋਰ ਅਪਕਮਿੰਗ ਗਵਰਨਮੈਂਟ ਜੋਬਸ ਇਨ ਪੰਜਾਬ ਥੈਂਕ ਯੂ ਟੇਕ ਕੇਅਰ ਇਨ 올 ਦਾ ਵੈਰੀ ਬਾਈ